ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਦੇ ਅੰਦਰ। ਟਰਬਨ ਬਾਈ ਕਮਲ, ਮੈਂ ਹਾਂ ਤੁਹਾਡਾ ਕਮਲ। ਅਤੇ ਅੱਜ ਮੈਂ ਇਸ ਐਪੀਸੋਡ ਤੁਹਾਡੇ ਵਾਸਤੇ ਬਹੁਤ ਹੀ ਅੱਛਾ ਐਪੀਸੋਡ ਹੋਣ ਜਾ ਰਿਹਾ ਤੁਹਾਡੇ ਵਾਸਤੇ, ਕਿਉਂਕਿ ਇਸ ਐਪੀਸੋਡ ਦੇ ਅੰਦਰ ਮੈਂ ਉਹ ਚੀਜ਼ ਦਿਖਾਉਣ ਜਾ ਰਿਹਾ ਜਿਹੜੀ ਕੋਈ ਕੋਈ ਸੋਚ ਸਕਦਾ। ਪਰ ਇਹ ਸੋਚਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਇਹਦੇ ਵਾਸਤੇ, ਕੋਈ ਵੀ ਤੁਸੀਂ ਸੋਚ ਸਕਦੇ। ਇੱਕ ਸੋਚ ਜਿਹੜੀ ਹੁੰਦੀ ਹੈ ਨਾ, ਉਹ ਇਸ ਕਰਕੇ ਹੀ ਸੋਚ ਹੁੰਦੀ ਹੈ ਕਿ ਅਸੀਂ ਉਸ ਤੱਕ ਪਹੁੰਚ ਸਕੀਏ। ਸੋਚ ਦਾ ਮਤਲਬ ਆ ਕਿ ਤੁਸੀਂ ਉਸ ਤੱਕ ਪਹੁੰਚ ਸਕੋ। ਮੇਰੀ ਸੋਚ ਸੀਗੀ ਕਿ ਮੈਂ ਇਸ ਤਰੀਕੇ ਦੀ ਵੀਡੀਓ ਬਣਾਵਾਂ, ਤੇ ਮੈਂ ਉੱਥੇ ਤੱਕ ਪਹੁੰਚ ਗਿਆ। ਤੇ ਮੈਂ ਇਹ ਸਾਰੇ ਵੀਰਾਂ ਵਾਸਤੇ ਇਹ ਵੀਡੀਓ ਇਸ ਕਰਕੇ ਪੇਸ਼ ਕਰ ਰਿਹਾ, ਕੋਈ ਮੈਂ ਸਟੰਟ ਨਹੀਂ ਪੇਸ਼ ਕਰ ਰਿਹਾ, ਜਾਂ ਮੈਂ ਕੋਈ ਇਹ ਨਹੀਂ ਦੱਸ ਰਿਹਾ ਕਿ ਮੈਂ ਬਹੁਤ ਵੱਡਾ ਪੱਗ ਬੰਨਣ ਵਾਲਾ ਖਿਡਾਰੀ ਬਣ ਗਿਆ, ਜਾਂ ਮੈਂ ਕੋਈ ਇੱਦਾਂ ਦਾ ਬਣ ਚੁੱਕਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਮੈਂ ਇਸ ਕਰਕੇ ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਇਸ ਵੀਡੀਓ ਦੇ ਰਾਹੀਂ ਕਿ ਤੁਸੀਂ ਅਗਰ ਪ੍ਰੈਕਟਿਸ ਕਰਦੇ ਹੋ, ਜੇ ਤੁਹਾਡਾ ਮਨ ਹੈਗਾ ਕਿ ਤੁਸੀਂ ਇਹ ਖਾਲਸਾ ਰੂਪ 'ਚ ਸਜੋ ਅਤੇ ਵਧੀਆ ਪੱਗ ਬੰਨੋ, ਅਤੇ ਤੁਹਾਡੀ ਪਰਸਨੈਲਿਟੀ ਇੱਕਦਮ ਅਲੱਗ ਹੋਵੇ ਸਾਰਿਆਂ ਨਾਲੋਂ, ਅਤੇ ਇਹਦੇ ਵਾਸਤੇ ਪ੍ਰਿਪੇਅਰ ਹੋਣਾ ਪਏਗਾ। ਪ੍ਰਿਪੇਅਰ ਹੋਣ ਵਾਸਤੇ ਤੁਹਾਨੂੰ ਪ੍ਰੈਕਟਿਸ ਕਰਨੀ ਪਵੇਗੀ। ਪ੍ਰੈਕਟਿਸ ਤਦੀ ਕਰੋਗੇ ਜਦ ਤੁਸੀਂ ਸੋਚੋਗੇ। ਜੇ ਤੁਸੀਂ ਸੋਚ ਰੱਖ ਲਈ ਇੱਦਾਂ ਦੀ, ਤਾਂ ਹੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਇਹਦੇ ਵਾਸਤੇ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਰੋਜ਼, ਚਾਹੇ ਤੁਸੀਂ 15 ਮਿੰਟ ਕੱਢੋ, ਚਾਹੇ ਤੁਸੀਂ 20 ਮਿੰਟ ਕੱਢੋ, ਰੋਜ਼ ਤੁਸੀਂ ਕੋਈ ਥੋੜ੍ਹਾ ਜਿਹਾ ਟਾਈਮ ਕੱਢੋ ਜਿਹਦੇ ਅੰਦਰ ਤੁਸੀਂ ਪੱਗ ਦੀ ਪ੍ਰੈਕਟਿਸ ਕਰ ਸਕੋ। ਕੋਈ ਗੱਲ ਨਹੀਂ, ਸ਼ੁਰੂ 'ਚ ਟੇਢੀ ਮੇਢੀ ਬੰਨੀ ਜਾਂਦੀ ਹੈ, ਇੱਧਰੋਂ ਦੀ ਲੜ ਖਰਾਬ ਆਊਗਾ, ਇੱਧਰੋਂ ਦੀ ਲੜ ਖਰਾਬ ਹੋਊਗਾ। ਪ੍ਰੈਕਟਿਸ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ। ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਮੇਰੇ ਕਹਿਣ ਦਾ ਮਤਲਬ ਇਹ ਹੈ। ਅਤੇ ਵੀਰੋ, ਮੇਰੀ ਅਗਰ ਇਹ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਕਰੋ। ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਹੋ, ਜਿਹੜੇ ਲੋਕ ਬੇਸਿਕ ਸਿੱਖਣਾ ਚਾਹੁੰਦੇ ਆ, ਜਿਹੜੇ ਭਰਾ ਮੇਰੇ ਬੇਸਿਕ ਸਿੱਖਣਾ ਚਾਹੁੰਦੇ ਆ ਪੱਗ ਦਾ, ਦਾੜੀ ਦਾ, ਉਹ ਮੇਰੀ ਵੀਡੀਓ ਨੂੰ ਜ਼ਰੂਰ ਦੇਖਣ, ਅਤੇ ਉਹਨਾਂ ਨੂੰ ਪਤਾ ਲੱਗੇਗਾ ਮੇਰੇ ਵੀਡੀਓ ਦੇ ਅੰਦਰ ਆਸਾਨ ਤੋਂ ਆਸਾਨ ਤਰੀਕਾ ਦੱਸਿਆ ਜਾਂਦਾ ਹਰ ਚੀਜ਼ ਬਾਰੇ। ਜੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਲਿਖ ਸਕਦੇ ਹੋ, ਅਤੇ ਮੈਂ ਉਹਨਾਂ ਦੇ ਜਵਾਬ ਦੇਵਾਂਗਾ। ਮੈਂ ਆਪਣੀ ਵੀਡੀਓ ਰਾਹੀਂ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਹਰ ਵੀਡੀਓ ਦੇ ਅੰਦਰ ਤੁਹਾਨੂੰ ਆਸਾਨ ਤੋਂ ਆਸਾਨ ਤਰੀਕਾ ਮਿਲਦਾ ਸਿੱਖਣ ਵਾਸਤੇ। ਪਰ ਇਹ ਮੈਂ ਨਾ ਤਾਂ ਪਟਿਆਲਾ ਸ਼ਾਹੀ ਸਿਖਾਉਂਦਾ, ਨਾ ਤਾਂ ਮੈਂ ਤੁਹਾਨੂੰ ਛੋਟੇ ਵਟਾਵਲੀ ਸਿਖਾਉਂਦਾ, ਨਾ ਹੀ ਮੈਂ ਤੁਹਾਨੂੰ ਨਾਗਿਨ ਸਿਖਾਵਾਂਗਾ, ਨਾ ਹੀ ਮੈਂ ਮੋਰਨੀ ਸਿਖਾਵਾਂਗਾ। ਮੈਂ ਇੱਦਾਂ ਦੀ ਕੋਈ ਪੱਗ ਨਹੀਂ ਸਿਖਾਵਾਂਗਾ। ਮੈਂ ਪੱਗ ਸਿਰਫ ਸਿੰਪਲ ਪੱਗ ਸਿਖਾਉਂਦਾ। ਸਿੱਖਣੀ ਆ ਤਾਂ ਮੈਨੂੰ ਕੰਟੈਕਟ ਕਰੋ। ਜਿਹੜੇ ਵੀਰ ਸੋਚਦੇ ਆ ਕਿ ਅਸੀਂ ਪੱਗ ਬੰਨੀ ਆ, ਦੇਖੋ ਪੱਗ ਪੱਗ ਹੀ ਹੁੰਦੀ ਹੈ। ਜੇ ਤੁਸੀਂ ਅਗਰ ਧਿਆਨ ਨਾਲ ਦੇਖੋਗੇ, 1780 ਤੋਂ ਪਹਿਲੇ ਪੱਗ ਕੋਈ ਮੋਰਨੀ ਨਹੀਂ ਹੁੰਦੀ ਸੀ, ਕੋਈ ਪਟਿਆਲਾ ਸ਼ਾਹੀ ਨਹੀਂ ਹੁੰਦੀ ਸੀ, ਕਿਸੇ ਵੀ ਤਰੀਕੇ ਦੀ ਕੋਈ ਪੱਗ ਨਹੀਂ ਹੁੰਦੀ, ਸਿਰਫ ਇੱਕ ਦਸਤਾਰ ਹੁੰਦੀ ਸੀ ਜਿਹੜੀ ਹਰ ਕੋਈ ਬੰਨਦਾ ਸੀਗਾ। ਅਤੇ ਮੇਰੇ ਕਹਿਣ ਦਾ ਮਤਲਬ ਇਹੀ ਆ, ਕਨਫਿਊਜ਼ ਨਾ ਕੀਤਾ ਜਾਏ। ਛੋਟੇ ਛੋਟੇ ਬੱਚਿਆਂ ਨੂੰ ਜਾਂ ਵੀਰਾਂ ਨੂੰ ਕਨਫਿਊਜ਼ ਕੀਤਾ ਜਾਂਦਾ ਕਿ ਤੁਸੀਂ, ਤੁਹਾਡੇ ਚਿਹਰੇ 'ਤੇ ਪਟਿਆਲਾ ਸ਼ਾਹੀ ਅੱਛੀ ਲੱਗੇਗੀ, ਤੇਰੇ ਚਿਹਰੇ 'ਤੇ ਮੋਰਨੀ ਅੱਛੀ ਲੱਗੇਗੀ, ਤੇਰੇ 'ਤੇ ਛੋਟੇ ਬੇਟਾ ਵਾਲੀ ਅੱਛੀ ਲੱਗੇਗੀ। ਇਹ ਤਾਂ ਮਾਡਲਿੰਗ ਹੋ ਗਈ ਨਾ, ਮਾਡਲਿੰਗ ਨਹੀਂ ਕਰਨੀ ਅਸੀਂ, ਅਸੀਂ ਦਸਤਾਰ ਸਜਾਣੀ ਆ, ਅਸੀਂ ਗੁਰੂ ਦੇ ਸਿੱਖ ਸਜਣਾ। ਅਤੇ ਮੇਰੇ ਕਹਿਣ ਦਾ ਮਤਲਬ ਐਂਡ 'ਚ ਇਹੀ ਆਉਂਦਾ ਕਿ ਤੁਸੀਂ ਸਿਰਫ ਇਹ ਸੋਚੋ ਕਿ ਤੁਸੀਂ ਇੱਕ ਵਧੀਆ ਪੱਗ ਬੰਨੀ ਆ, ਜਿਹਦੇ ਅੰਦਰ ਤੁਹਾਡੀ ਪਰਸਨੈਲਿਟੀ ਅੱਛੀ ਡਿਵੈਲਪ ਹੋਵੇ, ਤੁਸੀਂ ਅੱਛੇ ਸੋਹਣੇ ਖਾਲਸਾ ਲੱਗੋ। ਅਤੇ ਸਾਰੀ ਚੀਜ਼ਾਂ ਨੂੰ ਆ ਕੇ ਐਂਡ ਉੱਥੇ ਕਰਾਂਗਾ ਮੈਂ ਕਿ ਸਿੰਪਲ ਪੱਗ, ਕੋਈ ਇੱਦਾਂ ਨਹੀਂ, ਕੋਈ ਇੱਦਾਂ ਦੀ ਸੋਚ ਨਾ ਰੱਖੋ ਕਿ ਮੇਰੇ 'ਤੇ ਪਟਿਆਲਾ ਸ਼ਾਹੀ ਅੱਛੀ ਲੱਗੇਗੀ, ਮੇਰੇ 'ਤੇ ਮੋਰਨੀ ਅੱਛੀ ਲੱਗੇਗੀ, ਜਾਂ ਮੇਰੇ 'ਤੇ ਛੋਟੇ ਵਟਾ ਵਾਲੀ ਅੱਛੀ ਲੱਗੇਗੀ। ਲੋਕਾਂ ਨੇ ਇੱਕ ਤਰੀਕੇ ਨਾਲ ਇਸ ਚੀਜ਼ ਨੂੰ ਪ੍ਰੋਫੈਸ਼ਨਲ ਬਣਾ ਲਿਆ। ਪ੍ਰੋਫੈਸ਼ਨਲ 900 ਰੁਪਏ, 1000 ਰੁਪਏ, 1500 ਰੁਪਏ, 1800 ਰੁਪਏ, ਜੇ ਤੁਸੀਂ ਦੁੱਲੇ ਹੈਗੇ ਤਾਂ ਉਹਦੇ ਵਾਸਤੇ 3100, 4000, 5000, ਕਿੱਦਾਂ ਦੀ ਗੱਲਾਂ ਕਰ ਰਹੇ ਹੋ? ਪੱਗ ਫ੍ਰੀ ਹੋਣੀ ਚਾਹੀਦੀ ਹੈ। ਫ੍ਰੀ ਦਾ ਮਤਲਬ ਤੁਸੀਂ ਗੁਰੂ ਦੀ ਦਿੱਤੀ ਦਤਾਰ ਨੂੰ ਤੁਸੀਂ ਇਹਨੂੰ ਇੱਕ ਇੱਕ ਤਰੀਕੇ ਨਾਲ ਤੁਸੀਂ ਇਹਨੂੰ ਪ੍ਰੋਫੈਸ਼ਨਲ ਬਣਾ ਲਿਆ। ਨਾ ਨਾ, ਪੱਗ ਅਗਰ ਜੇ ਤੁਹਾਡੇ ਅੰਦਰ ਇੰਨੀ ਦਸਤਾਰ ਦੀ ਇੱਜ਼ਤ ਆ ਨਾ, ਤਾਂ ਫ੍ਰੀ 'ਚ ਬੰਨੋ ਸਾਰਿਆਂ ਦੇ, ਤਦ ਮੈਂ ਮੰਨਦਾ ਕਿ ਹਾਂਜੀ ਤੁਸੀਂ ਕੁਛ ਸੋਚਦੇ ਹੋ, ਅਤੇ ਤੁਸੀਂ ਧਰਮ ਬਾਰੇ ਸੋਚਦੇ ਹੋ, ਤੁਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ ਕਿ ਅਸੀਂ ਫ੍ਰੀ ਬਣ ਰਹੇ ਹਾਂ, ਜਾਓ 10-10, 20-20 ਮਿੰਟ ਲਾਓ ਕਿਸੇ ਦੇ ਘਰ, ਉਹਨੂੰ ਸਿਖਾਓ, ਉਹਨੂੰ ਕਹੋ। ਜੇ ਮੈਂ ਆਪਣੀ ਵੀਡੀਓ ਦੇ ਰਾਹੀਂ ਇਹ ਦੱਸਣਾ ਚਾਹੁੰਦਾ, ਜੇ ਮੇਰੇ ਆਸ ਪਾਸ ਦੇ ਇਲਾਕੇ 'ਚ ਕੋਈ ਮੈਨੂੰ ਬੁਲਾਉਂਦਾ ਜੀ ਵੀਰ ਜੀ ਮੈਨੂੰ 10 ਮਿੰਟ ਦੇ ਦਿਓ ਪੱਗ ਦੇ ਅੰਦਰ ਇਹ ਪ੍ਰੋਬਲਮ ਆ ਰਹੀ ਹੈ, ਤਾਂ ਮੈਨੂੰ ਕੰਟੈਕਟ ਕਰੋ, ਮੈਨੂੰ ਆਪਣਾ ਫੋਨ ਨੰਬਰ ਦਿਓ, ਮੈਂ ਜ਼ਰੂਰ ਆਵਾਂਗਾ ਤੁਹਾਡੇ ਕੋਲ ਅਤੇ ਤੁਹਾਨੂੰ ਜ਼ਰੂਰ ਦੱਸਾਂਗਾ
आओ मेरी वीडियो देखो। तो मैं फिर यही कहना चाहूँगा जे थानू मेरी वीडियो अच्छी लगती है तो उन्हें लाइक करो, मेरे चैनल में सबसक्राइब करो, तो शेयर जरूर करो, क्योंकि मेरे चैनल में सब देखते तो है पर उन्हें शेयर नहीं करते। मैं अपनी वीडियो छोटे बच्चों तो लैके व्डे वीर तक पहुँचाना चाहना, क्योंकि मेरी वीडियो हमेशा आसान तो आसान तरीका दसया जाता हर चीज़ बारे, दाढ़ी बारे दसते हैं, केसा वास्ते, जूड़े वास्ते, बच्चों के जूड़े वास्ते, जिन्ने भी कि आसान आसान तरीके है वो मैं अपनी वीडियो दसदा। जे थानू मेरी वीडियो अच्छी लगती है तो इनू लाइक शेयर तो मेरे चैनल में सबसक्राइब जरूर करो। आओ देखते हैं आज की वीडियो।